ਸੰਦੀਪ ਬਿਸ਼ਨੋਈ ਦੇ ਮਰਡਰ ਤੋਂ ਬਾਅਦ ਗੋਲੀਆਂ ਮਾਰਨ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਬੰਬੀਹਾ ਗਰੁੱਪ ਵੱਲੋਂ ਪੋਸਟ ਪਾਈ ਗਈ ਔਰ ਕਿਹਾ ਗਿਆ ਕਿ ਅਸੀਂ ਆਪਣਾ ਬਦਲਾ ਲਿਆ ਔਰ ਇਹੋ ਹਾਲ ਗੋਲਦੀ ਬਰਾਂਡ ਲਾਰੈਂਸ ਬਿਸ਼ਨੋਈ ਔਰ ਜੱਗੂ ਭਗਵਾਨਪੂਰੀ ਦਾਅਵਾ ਕਰਾਂਗੇ ਫੇਸਬੁਕ ਪੋਸਟ ਪਾਈ ਗਈ ਸੀ ਤੁਹਾਨੂੰ ਦੱਸ ਦਈਏ ਕਿ ਸੁਲਤਾਨ ਦਵਿੰਦਰ ਬੰਬੀਹਾ ਗਰੁੱਪ ਤੇ ਇਹ ਪੋਸਟ ਪਾਈ ਗਈ ਸੀ ਇਹ ਸਾਰੀਆਂ ਗੱਲਾਂ ਲਿਖੀਆਂ ਗਈਆਂ ਸੀ ਉਸ ਦੇ ਜਵਾਬ ਦੇ ਵਿੱਚ ਹੁਣ 골ਡੀ ਬ੍ਰਾਡ ਵੱਲੋਂ ਵੀ ਫੇਸਬੁੱਕ ਤੇ ਇੱਕ ਪੋਸਟ ਪਾਈ ਗਈ ਹੈ ਉਸ ਪੋਸਟ ਦਾ ਜਵਾਬ ਦਿੱਤਾ ਗਿਆ ਤੁਹਾਨੂੰ ਦੱਸਦੇ ਕਿ 골ਡੀ ਬ੍ਰਾਡ ਵੱਲੋਂ ਲਿਖਿਆ ਗਿਆ ਹੈ ਕਿ ਛੋਟੂ ਬਿਸ਼ਨੋਈ ਮੰਗਲੀ ਔਰ ਸੰਦੀਪ ਬਿਸ਼ਨੋਈ ਮੰਗਲੀ ਇਹਨਾਂ ਦਾ ਤਕਰੀਬਨ 10 ਸਾਲ ਤੋਂ ਵਿਵਾਦ ਚੱਲ ਰਿਹਾ ਸੀ ਦੁਸ਼ਮਣੀ ਸੀ ਔਰ ਅਸੀਂ ਇਹਨਾਂ ਦਾ ਵਿਵਾਦ ਸੁਲਝਾਉਣ ਦੀ ਕੋਸ਼ਿਸ਼ ਕੀਤੀ ਸੀ ਸਾਡੇ ਜਾਣਕਾਰ ਸੀ ਅਸੀਂ ਰਾਜੀਨਾਮਾ ਕਰਵਾਇਆ ਸੀ ਪਰ ਇਹ ਨਹੀਂ ਮੰਨੇ ਔਰ ਜਿਹੜੇ ਲੋਕ ਇਹ ਕਹਿ ਰਹੇ ਨੇ ਕਿ ਅਸੀਂ ਆਪਣਾ ਬਦਲਾ ਲੈ ਲਿਆ 골ਡੀ ਬਰਾਡ ਨੇ ਸਪੋਰਟਸ ਦੇ ਵਿੱਚ ਲਿਖਿਆ ਕਿ ਬਦਲਾ ਲੈਣਾ ਇੰਨਾ ਸੌਖਾ ਨਹੀਂ ਹੈ ਬਦਲਾ ਲੈਣ ਲਈ ਜੋਰ ਚਾਹੀਦਾ ਹੈ ਫੇਸਬੁੱਕਾਂ ਤੇ ਬਦਲਾ ਨਹੀਂ ਲਿਆ ਜਾਂਦਾ ਤਾਂ ਦੱਸਦੇ ਕਿ ਪਹਿਲਾਂ ਬੰਬੀਹਾ ਗਰੁੱਪ ਵੱਲੋਂ ਪੋਸਟ ਪਾ ਕੇ ਇਹ ਕਿਹਾ ਗਿਆ ਕਿ ਸੰਦੀਪ ਬਿਸ਼ਨੋਈ ਨੂੰ ਅਸੀਂ ਮਾਰਿਆ ਅਸੀਂ ਉਸ ਦੀ ਜ਼ਿੰਮੇਵਾਰੀ ਲੈਣੇ ਆ ਔਰ ਹੁਣ 골ਡੀ ਬਰਾਡ ਜੱਗੂ ਭਗਵਾਨਪੁਰੀਆ ਔਰ ਲਾਰੈਂਸ ਬਿਸ਼ਨੋਈ ਵੀ ਬਚ ਕੇ ਰਹਿਣ ਕਿਉਂਕਿ ਉਹਨਾਂ ਦਾ ਵੀ ਇਹ ਉਹ ਹਸ਼ਰ ਹੋਏਗਾ ਤਾਂ ਦੱਸਦੇ ਕਿ ਰਾਜਸਥਾਨ ਦੇ ਨਗੌਰ ਅਦਾਲਤ ਦੇ ਵਿੱਚ ਲੈ ਕੇ जाया ਜਾ ਰਿਹਾ ਸੀ ਸੰਦੀਪ ਬਿਸ਼ਨੋਏ ਨੂੰ ਜਦੋਂ ਕੁਝ ਗੈਂਗਸਟਰ ਦੁਆਰਾ ਆ ਕੇ ਉਸ ਨੂੰ ਅਦਾਲਤ ਦੇ ਬਾਹਰ ਹੀ ਗੋਲੀਆਂ ਮਾਰ ਕੇ ਉਸ ਦਾ ਮਰਡਰ ਕਰ ਦਿੱਤਾ ਗਿਆ ਔਰ ਬੰਬੀਹਾ ਗਰੁੱਪ ਵੱਲੋਂ ਉਸ ਦੀ ਜ਼ਿੰਮੇਵਾਰੀ ਲਈ ਗਈ ਪੋਸਟ ਪਾ ਕੇ ਦੱਸਿਆ ਗਿਆ ਔਰ ਹੁਣ ਗੋਲਡੀ ਬਰਾੜ ਵੱਲੋਂ ਇਹ ਜਵਾਬ ਦਿੱਤਾ ਗਿਆ ਉਸ ਪੋਸਟ ਦਾ ਕਿ ਜਿਹੜੀ ਦੁਸ਼ਮਣੀ ਇਹਨਾਂ ਗੈਂਗਸਟਰ ਦੇ ਵਿੱਚਕਾਰ ਸੀ ਅਸੀਂ ਉਸ ਦਾ ਰਾਜ਼inama ਕਰਵਾਇਆ ਸੀ ਪਰ ਇਹ ਨਹੀਂ ਮੰਨੇ ਔਰ ਉਹ ਲੋਕ ਜਿਹੜੇ ਕਹਿ ਰਹੇ ਨੇ ਅਸੀਂ ਬਦਲਾ ਲਿਆ ਉਹਨਾਂ ਨੂੰ ਅਸੀਂ ਦੱਸ ਦਈਏ ਕਿ ਬਦਲਾ ਲੈਣਾ ਇੰਨਾ ਸੌਖਾ ਨਹੀਂ ਹੈ ਫੇਸਬੁੱਕਾਂ ਦੇ ਬਦਲੇ ਨਹੀਂ ਲੈ ਜਾਂਦੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਪੋਸਟਾਂ ਦੇ ਨਾਲ ਜਿਹੜੀ ਫੇਸਬੁੱਕ ਤੇ ਵਾਰ ਛੜੀ ਹੈ ਇਹ ਗੈਂਗ ਵਾਰ ਜਿਹੜੀ ਹੈ ਇਹ ਜ਼ਮੀਨੀ ਪੱਧਰ ਤੇ ਵੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਕਿਉਂਕਿ ਪਹਿਲਾਂ ਵੀ ਪੰਜਾਬ ਦੇ ਜਿਹੜੇ ਡੀਜੀਪੀ ਬਣੇ ਨੇ ਗੌਰਵ ਯਾਦਵ ਉਹਨਾਂ ਨੇ ਸਾਰੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਅਲਰਟ ਤੇ ਰੱਖਿਆ ਹੋਇਆ ਕਿਉਂਕਿ ਕਿਸੇ ਵੀ ਵੇਲੇ ਪੰਜਾਬ ਦੇ ਵਿੱਚ ਇਹਨਾਂ ਗੈਂਗਸਟਰਸ ਦੀ ਗੈਂਗ ਵਾਰ ਹੋ ਸਕਦੀ ਹੈ